ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਟਰਾਲੇ ਨੂੰ ਜ਼ਬਰਦਸਤੀ ਖੋਣ ਦੀ ਸ਼ਿਕਾਇਤ ਤੇ ਪਾਤੜਾ ਪੁਲਿਸ ਨੇ ਦੋ ਨਾਮਾਲੂਮ ਵਿਅਕਤੀਆਂ ਸਮੇਤ 4 ਵਿਅਕਤੀਆਂ ਦੇ ਖਿਲਾਫ ਕੀਤਾ ਮਾਮਲਾ ਦਰਜ। ਵਿਜੇ ਕੁਮਾਰ ਵਾਸੀ ਪਾਤੜਾ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ 2 ਨਵੰਬਰ ਦੀ ਰਾਤ 9 ਵਜੇ ਦੇ ਕਰੀਬ ਪੁਸਤਕ ਟਰਾਲਾ ਪ੍ਰਗਟ ਸਿੰਘ ਵਾਸੀ ਤਿੜਪਾ ਜੋ ਡੇਰਾ ਬਿਆਸ ਨਿਆਲ ਪਹੁੰਚਾ ਰਿਹਾ ਸੀ ਤਾਂ ਇੱਕ ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਕੁਝ ਵਿਅਕਤੀਆਂ ਦੀ ਮਦਦ ਦੇ ਨਾਲ ਟਰਾਲਾ ਖੋਹ ਕੇ ਆਪਣੇ ਪੈਟਰੋਲ ਪੰਪ 'ਤੇ ਖੜਾ ਕਰ ਲਿਆ। ਜਿਸ ਦੇ ਬਿਆਨਾਂ 'ਤੇ ਪਾਤੜਾ ਪੁਲਿਸ ਨੇ 2 ਨਾਮਾਲੂਮ ਵਿਅਕਤੀਆਂ ਸਮੇਤ 4 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ। ਮੈਂ ਵਿਜੇ ਕੁਮਾਰ ਹੈ ਜੀ। ਮੇਰਾ ਘੋੜਾ ਸੀ ਜੀ 99 ਜੀ। ਤਿੰਨ ਜਣਿਆਂ ਨੇ ਘੋੜਾ ਲਿਆ ਜੀ 2-2.5 ਮਹੀਨੇ ਪਹਿਲਾਂ ਜੀ। ਉਹ ਰਾਤ ਰੇਤਾ ਉਤਾਰ ਕੇ ਕਰਨਾਲ ਰੇਤਾ ਲੈਣ ਵਾਸਤੇ ਜਾ ਰਹੇ ਸੀ ਜੀ। ਕੁਛ 7-8 ਗੁੰਡਿਆਂ ਨੇ ਜੀ ਡਰਾਈਵਰ ਫੜ ਕੇ ਥੱਲੇ ਉਤਾਰ ਕੇ ਕੁੱਟਿਆ ਜੀ। ਨਿਆਲ ਤੇ ਬੋਰਡ ਦੇ ਵਿਚਾਲੇ ਹੋਇਆ ਜੀ। ਰਾਤ 9:30 ਵਜੇ ਦੀ ਘਟਨਾ ਜੀ। ਡਰਾਈਵਰ ਦਾ ਫੋਨ ਆਇਆ ਜੀ, ਕਹਿੰਦਾ ਮੇਰਾ ਮੇਰੇ ਤੋਂ ਟਰਾਲਾ ਖੋਲਿਆ ਜੀ, ਮੈਨੂੰ ਮਾਰਿਆ। ਲੋਕੇਸ਼ਨ ਤੇ ਵੇਖਿਆ ਘੋੜਾ ਸਕੇਟ ਪੰਪ ਤੇ ਖੜਿਆ ਸੀ ਪਟਿਆਲਾ। ਮੇਰੇ ਨਾਮ ਹੈ ਜੀ, ਮੇਰੇ ਐਫੀਡੇਵਿਟ ਹੈ, ਮੇਰੇ ਮੈਂ ਲਿੱਤਾ ਹੋਇਆ ਸੀ, 3 ਬੰਦਿਆਂ ਨੇ ਲਿੱਤਾ ਹੋਇਆ ਜੀ। ਰਾਤ ਪੁਲਿਸ ਵਾਲੇ ਦੱਸ ਰਹੇ ਸਾਨੂੰ, ਕਹਿੰਦੇ ਜੀ ਕੋਈ ਦੇਵੀ ਜਾਲ ਜੀ ਤੋਂ ਪਹਿਲਾਂ ਸੀ ਘੋੜਾ ਚੱਲਦਾ ਕਿਹਦੇ ਨਾਮ ਤੇ, ਕਹਿੰਦੇ ਉਹ ਤੋਂ ਕੁਛ ਪੈਸੇ ਲੈਣੇ ਕਰਕੇ ਫੜਿਆ ਜੀ।